ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਕਿ ਸਾਰੇ ਵਧੀਆ ਹੋਣਗੇ ਅਤੇ ਵੈਲਕਮ ਬੈਕ ਹੈ ਜੀ ਆਪਣੀ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਗੱਲਬਾਤ ਕਰਨੀ ਹੈ ਕਿ ਪ੍ਰੋਟੈਸਟ ਦੇ ਮਗਰੋਂ UK ਦੇ ਹਾਲਾਤ ਕਿੱਦਾਂ ਦੇ ਆ। ਅਤੇ ਪਹਿਲਾਂ ਆਪਾਂ ਉਹਦੇ ਬਾਰੇ ਗੱਲ ਕਰ ਲੈਂਦੇ ਹਾਂ ਕਿ ਪ੍ਰੋਟੈਸਟ ਸਟਾਰਟ ਕਿਵੇਂ ਹੋਇਆ। ਬਾਕੀ ਤੁਹਾਨੂੰ ਪਤਾ ਹੀ ਆ, ਸਾਰਿਆਂ ਨੂੰ ਤੁਸੀਂ ਦੇਖ ਹੀ ਲਿਆ ਹੋਣਾ ਇੰਟਰਨੈਟ 'ਤੇ। ਇਹਦੇ 'ਚ 3 ਬੱਚੀਆਂ ਮਾਰ ਦਿੱਤੀਆਂ ਗਈਆਂ ਸੀ, 6 ਤੋਂ 9 ਸਾਲ ਦੇ ਵਿੱਚ ਸੀ 3 ਬੱਚੀਆਂ। ਅਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। ਅਤੇ ਜਿਹੜਾ ਉਹਨਾਂ ਦੇ ਵਿੱਚ ਸਸਪੈਕਟ ਉਹਨਾਂ ਦਾ ਫੜਿਆ ਗਿਆ ਸੀ, ਉਹ 17 ਸਾਲ ਦੀ ਏਜ ਸੀ। ਅਤੇ ਉਹਦੇ ਵਿੱਚ ਇਨਫੋਰਮੇਸ਼ਨ ਗਲਤ ਦੇ ਦਿੱਤੀ ਗਈ ਸੀ ਕਿ ਇਹ ਮੁਸਲਿਮ ਧਰਮ ਨੂੰ ਜਿਹੜਾ ਹੈਗਾ ਬਿਲੋਂਗ ਕਰਦਾ ਸੋਸ਼ਲ ਮੀਡੀਆ ਦੇ ਉੱਪਰ। ਪ੍ਰੋਟੈਸਟ ਸਟਾਰਟ ਕੀਤਾ, ਫਿਰ ਉਹ ਵੱਧਦਾ ਵੱਧ ਗਿਆ ਅਤੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਗਏ ਕਿ ਥਾਣਿਆਂ ਨੂੰ ਅੱਗਾਂ ਵੀ ਲੱਗਣ ਲੱਗ ਗਈਆਂ, ਪੁਲਿਸ ਦੀਆਂ ਗੱਡੀਆਂ ਭੰਨ ਤੋੜ ਹੋਈ। ਅਤੇ ਜਿਵੇਂ ਮੁਸਲਿਮ ਕਮਿਊਨਿਟੀ ਜਾਂ ਏਸ਼ੀਅਨ ਕਮਿਊਨਿਟੀ ਦੇ ਜਿੰਨੇ ਵੀ ਹੈਗੇ ਸੀ ਘਰ ਘੁਰ, ਉਹਨਾਂ 'ਤੇ ਜਾਂ ਸ਼ੋਪਾਂ 'ਤੇ, ਉਹਨਾਂ 'ਤੇ ਜਿਹੜਾ ਹਮਲੇ ਹੋਏ ਅਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ। ਅਤੇ ਚਲੋ ਗਲਤੀ ਇੱਕ ਬੰਦੇ ਦੀ ਸੀ, ਪਰ ਟਾਰਗੇਟ ਜਿਹੜਾ ਸਾਰਾ ਧਰਮ ਹੀ ਹੋਇਆ, ਉਸ ਤੋਂ ਬਾਅਦ ਸਾਰੇ ਏਸ਼ੀਅਨ ਹੀ ਹੋਏ। ਅਤੇ ਅਜੇ ਵੀ ਹਾਲਾਤ ਚਲੋ ਠੀਕ ਨੇ ਹੁਣ ਅੱਗੇ ਨਾਲੋਂ, ਕਿ ਇੰਨਾ ਨਹੀਂ ਹੈਗਾ ਪ੍ਰੋਟੈਸਟ ਦਾ ਰੌਲਾ ਹੈਗਾ ਜਿੰਨਾ ਕੁ ਪਹਿਲਾਂ ਅੱਜ ਤੋਂ 6-7 ਦਿਨ ਪੈ ਚੁੱਕਿਆ ਸੀ, ਉਨਾ ਰੌਲਾ ਨਹੀਂ ਹੈਗਾ ਹੁਣ। ਅਤੇ ਯਾਰ ਬਾਕੀ ਜਿਹੜਾ ਇਹਨਾਂ ਨੇ ਜ਼ਿਆਦਾ ਮੁੱਦਾ ਚੁੱਕ ਦਿੱਤਾ ਸੀ, ਉਹ ਚੁੱਕ ਦਿੱਤਾ ਸੀ ਲੀਗਲ ਇਮੀਗ੍ਰੈਂਟਸ ਦੇ ਖਿਲਾਫ਼, ਕਿ ਜਿੰਨੇ ਵੀ 2 ਨੰਬਰੀਏ ਨੇ ਉਹਨਾਂ ਨੂੰ UK ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਪਹਿਲਾਂ ਤਾਂ ਚਲੋ ਇਹਨਾਂ ਨੇ ਕਮਿਊਨਿਟੀ ਦੇ ਉੱਪਰ ਹੀ ਚੁੱਕਿਆ ਸੀ ਕਿ ਏਸ਼ੀਅਨ ਨੂੰ ਬਾਹਰ ਕੱਢਿਆ ਜਾਵੇ, ਉਸ ਤੋਂ ਬਾਅਦ ਇਹਨਾਂ ਨੇ ਉਹ ਵੀ ਚੁੱਕ ਦਿੱਤਾ ਗਿਆ ਕਿ ਜਿੰਨੇ ਵੀ 2 ਨੰਬਰ ਦੇ ਵਿੱਚ ਆਏ ਨੇ, ਸਟੂਡੈਂਟ ਆਏ ਨੇ ਜਾਂ ਇਮੀਗ੍ਰੈਂਟ ਰਹਿ ਰਹੇ ਨੇ, ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ UK ਦੇ ਵਿੱਚੋਂ। ਕਿ ਹੁਣ ਵੀ ਇੱਦਾਂ ਯਕਦਮ ਆ ਗਏ ਸਟੂਡੈਂਟ, ਫਿਰ ਇਹਨਾਂ ਦੇ ਲਈ ਵੀ ਪ੍ਰੋਬਲਮ ਖੜੀਆਂ ਹੋਈਆਂ ਕਿ ਜਿੱਦਾਂ ਜੋਬ ਦੀਆਂ, ਜੋਬ ਤਾਂ ਇਹ ਆਪ ਨਹੀਂ ਖੁਦ ਨਹੀਂ ਕਰਕੇ ਰਾਜ਼ੀ ਹੈਗੇ, ਬਟ ਫਿਰ ਵੀ ਆਪਾਂ ਨੂੰ ਬਲੇਮ ਕਰਦੇ ਨੇ ਕਿ ਇਹ ਸਾਡੀਆਂ ਜੋਬਾਂ ਖੋਲੀਆਂ ਨੇ। ਹਾਂਜੀ, ਅਤੇ ਹੁਣ ਆਪਾਂ ਗੱਲਬਾਤ ਕਰਨੀ ਆ ਕਿ ਜਿਹੜੇ ਹੈਗੇ ਪ੍ਰੋਟੈਸਟ ਤੋਂ ਬਾਅਦ ਵੀਜ਼ਾ ਦੇ ਉੱਪਰ, ਸਟੂਡੈਂਟ ਵੀਜ਼ਾ ਦੇ ਉੱਪਰ ਕੋਈ ਵੀ ਇਫੈਕਟ ਪਿਆ ਜਾਂ ਨਹੀਂ ਪਿਆ, ਅਤੇ ਉਹਦੇ ਵਿੱਚ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ। ਨਾ ਤਾਂ ਇੰਟਰਨੈਟ 'ਤੇ ਅਜੇ ਤੱਕ ਇਸ ਚੀਜ਼ ਬਾਰੇ ਕੋਈ ਵੀ ਅਪਡੇਟ ਆਈ ਆ ਕਿ ਸਟੂਡੈਂਟ ਵੀਜ਼ਾ ਬੰਦ ਹੋਏ ਨੇ ਜਾਂ ਕੋਈ ਵੀਜ਼ਾ ਜਿਹੜਾ ਹੈਗਾ, ਵੀ ਟੂਰਿਸਟ ਵੀਜ਼ਾ ਜਾਂ ਕੋਈ ਵੀ ਵਰਕ ਵੀਜ਼ਾ ਬੰਦ ਹੋਇਆ, ਅਜੇ ਤੱਕ ਇਹਦੀ ਅਪਡੇਟ ਕੋਈ ਨਹੀਂ ਆਈ। ਬਾਕੀ ਮੇਰੇ ਨੌਨ 'ਚ ਵੀ 2-3 ਬੰਦੇ ਹੈਗੇ ਨੇ ਜਿਨ੍ਹਾਂ ਦੇ ਵੀਜ਼ੇ ਆ ਚੁੱਕੇ ਨੇ, ਇੱਕ ਦਾ ਲੀਡਸ ਯੂਨੀਵਰਸਿਟੀ ਦਾ ਆ ਚੁੱਕਾ ਅਤੇ ਇੱਕ ਦਾ ਸਕੋਟਲੈਂਡ ਯੂਨੀਵਰਸਿਟੀ ਦਾ ਆ ਚੁੱਕਿਆ, ਅਤੇ ਉਹ ਵੀ ਇੱਥੇ ਆ ਰਹੇ ਨੇ ਥੋੜ੍ਹੇ ਦਿਨ ਦੇ ਅੰਦਰ ਅੰਦਰ। 2011 ਤੋਂ ਬਾਅਦ 2019 ਦੇ ਵਿੱਚ ਵੀਜ਼ੇ ਖੁੱਲ੍ਹੇ ਸੀ, ਅਤੇ ਹੁਣ ਹਾਲ ਦੀ ਘੜੀ ਤਾਂ ਠੀਕ ਨੇ, ਬਾਕੀ ਇੱਥੇ ਹਾਲਾਤ ਜਿੱਦਾਂ ਦੇ ਹੋ ਚੁੱਕੇ ਨੇ, ਹੋ ਸਕਦਾ ਕਿ ਅੱਗੇ ਉਹ ਕਦਮੇ ਚੁੱਕ ਸਕਣ, ਬਟ ਅਜੇ ਤੱਕ ਕੋਈ ਸ਼ੋਰਟੀ ਨਹੀਂ ਹੈ ਵੀ ਮੈਂ ਕਹਿੰਦਾ ਕਿ ਹਾਂ ਹੋ ਸਕਦੇ ਨੇ ਜਾਂ ਹੋਣਗੇ, ਇਸ ਚੀਜ਼ ਦੀ ਕੋਈ ਸ਼ੋਰਟੀ ਨਹੀਂ ਹੈਗੀ ਕਿ ਹੋ ਸਕਦੇ ਨੇ ਗਾਹ, ਇਹਨਾਂ ਦਾ ਪਤਾ ਨਹੀਂ, ਚਾਹੇ ਰਾਤੋਂ ਰਾਤ ਮੋਦੀ ਵਾਂਗੂ ਕੋਈ ਰੂਲ ਬਦਲ ਦੇਣ। ਅਤੇ ਬਾਕੀ